ਸੰਗਰੂਰ ਦੇ ਸ਼ਹਿਰ ਸੁਨਾਮ ਦੇ ਭਗਵਾਨਪੁਰਾ ਦੇ ਨਜ਼ਦੀਕ ਫਤਿਹਵੀਰ ਨੂੰ ਬਚਾਉਣ ਦੇ ਲਈ ਪ੍ਰਸ਼ਾਸਨਿਕ ਅਧਿਕਾਰੀ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ ਹੈ। ਸਾਡੇ ਨਾਲ ਇੱਕ ਅਜਿਹੇ ਸ਼ਖਸ ਮੌਜੂਦ ਨੇ ਜੋ ਲਗਾਤਾਰ ਇਸ ਰੈਸਕਿਊ ਆਪਰੇਸ਼ਨ ਦੇ ਵਿੱਚ ਸਾਥ ਦੇ ਰਹੇ। ਉਹਨਾਂ ਨਾਲ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਦੀ ਸਥਿਤੀ ਹੈ ਤੇ ਕਿੰਨਾ ਕੁ ਸਮਾਂ ਫਤਿਹਵੀਰ ਨੂੰ ਬਚਾਉਣ ਦੇ ਵਿੱਚ ਲੱਗੇਗਾ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕੁਲਦੀਪ ਸਿੰਘ ਬਾਵਾ ਗੈਂਚੀ ਜੀ। ਅਸੀਂ ਲਗਾਤਾਰ ਤੁਹਾਨੂੰ ਦੇਖ ਰਹੇ ਹਾਂ ਜਦੋਂ ਦਾ ਇਹ ਸਰਚ ਆਪਰੇਸ਼ਨ ਚੱਲ ਰਿਹਾ, ਜੋ ਰੈਸਕਿਊ ਆਪਰੇਸ਼ਨ ਚੱਲ ਰਿਹਾ, ਤੇ ਕਿਸ ਤਰ੍ਹਾਂ ਦੀ ਸਥਿਤੀ ਹੁਣ ਲੱਗ ਰਹੀ ਹੈ ਫਤਿਹਵੀਰ ਨੂੰ ਬਚਾਉਣ? ਸਥਿਤੀ ਤਾਂ ਸਭ ਤੋਂ ਪਹਿਲਾਂ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪੰਜਾਬ ਪੁਲਿਸ ਵਾਲਿਆਂ ਨੇ ਤੇ ਸਿੰਪਲ ਪ੍ਰਸ਼ਾਸਨ ਨੇ, SDM ਸਾਹਿਬ, ਤਹਿਸੀਲਦਾਰ ਸਾਹਿਬ ਸਭ, ਤੇ ਖਾਸ ਕਰਕੇ ਮੈਂ ਆ ਜਿਹੜੇ ਸਰਸੇ ਵਾਲੀ ਸਾਧ ਸੰਗਤ ਆ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਰੱਖਿਆ ਉਸ ਬੱਚੇ ਨੂੰ ਬਚਾਉਣ ਵਾਸਤੇ। ਬਾਕੀ ਮਿਹਰ ਆ ਉਸ ਪਰਮਾਤਮਾ ਦੀ ਆ। ਠੀਕ ਹੈ ਕੁਲਦੀਪ ਜੀ, ਇੱਕ ਦੇਖਿਆ ਜਾਵੇ ਜੇਕਰ ਪ੍ਰਸ਼ਾਸਨ ਦੇ ਨਾਲ ਨਾਲ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਇੱਥੇ ਪਹਿਲਾਂ ਆਟੋਮੈਟਿਕ ਇੱਕ ਸਿਸਟਮ ਲਿਆ ਗਿਆ, ਆਟੋਮੈਟਿਕ ਸਿਸਟਮ ਨੂੰ ਫੇਲ ਹੁੰਦਾ ਦੇਖ ਕੇ ਇੱਕ ਮੈਨੂਅਲ ਸਿਸਟਮ ਜੋ ਹੱਥਾਂ ਨਾਲ ਜੋ ਹੁਣ ਪੱਟਣ ਦੀ ਤਿਆਰੀ ਕਰ ਰਿਹਾ, ਕੀ ਕਾਰਨ ਰਹੇ ਜੋ ਆਟੋਮੈਟਿਕ ਸਿਸਟਮ ਨੂੰ ਬੰਦ ਕਰ ਦਿੱਤਾ ਗਿਆ? ਬੰਦ ਕਾਰਨ ਇਹ ਹੈ ਜੀ, ਜਿਹੜੇ ਬਠਿੰਡੇ ਤੋਂ ਮਿਲਟਰੀ ਆਈ ਸੀ ਜਿਸ ਹਿਸਾਬ ਨਾਲ ਉਹਦੀ ਪ੍ਰੋਗਰੈਸ ਚੱਲ ਰਹੀ ਸੀ ਉਹ ਕਾਮਯਾਬ ਨਹੀਂ ਹੋਈ। ਬੱਚੇ ਦੇ ਹੱਥ ਰੱਸੀ ਨਾਲ ਬੰਨ੍ਹਣੇ ਪਏ। ਜਦੋਂ ਬੱਚਾ 1 ਫੁੱਟ ਉੱਚੇ ਆਇਆ ਤਾਂ ਉਸ ਤੋਂ ਬਾਅਦ ਜਿਹੜਾ ਉਹਦਾ ਆਪਣਾ ਪੈਪ ਦਾ ਚੈਂਬਰ ਬਣਿਆ ਹੋਇਆ ਨੀਚੇ, ਉਹਦੇ ਸੁਰਾਖ ਨੇ, ਜੇ ਪਲੇਨ ਪੈਪ ਹੁੰਦਾ ਤਾਂ ਉਹ ਸਿੱਧਾ ਉੱਪਰ ਆਉਂਦਾ। ਉਸ ਕਾਰਨ ਜਿੱਦਣ ਦੇ ਅਸੀਂ ਲੱਗੇ 1 ਫੁੱਟ ਬੱਚਾ ਬਾਹਰ ਆਇਆ, ਉਸ ਤੋਂ ਬਾਅਦ ਨਾ ਨੀਚੇ 1 ਇੰਚ ਗਿਆ ਅਤੇ ਨਾ 1 ਇੰਚ ਬਾਹਰ ਆਇਆ ਜੀ। ਠੀਕ ਹੈ ਜੀ, ਉਸ ਤੋਂ ਬਾਅਦ ਉਸ ਨੂੰ ਸਥਿਤੀ ਨੂੰ ਦੇਖਦੇ ਹੋਏ ਫਿਰ ਆਹ ਜਿਹੜੀ ਸਥਿਤੀ ਆ ਸਾਨੂੰ ਇਹ ਮਨਜ਼ੂਰ ਕਰਨੀ ਪਈ, ਆਹ ਸਾਡੀ ਕਾਮਯਾਬ ਹੋ ਰਹੀ ਆ। ਪੜੋਲੀਆਂ ਪਾਈਆਂ ਜਾ ਰਹੀਆਂ ਨੇ, ਕਿੰਨੀਆਂ ਕੁ ਰਹਿ ਚੁੱਕੀਆਂ ਨੇ ਅਤੇ ਕਿੰਨਾ ਕੁ ਫਤਿਹਵੀਰ ਤੱਕ ਪਹੁੰਚਣ ਦਾ ਜੋ ਸਮਾਂ ਲੱਗ ਸਕਦਾ? ਪੜੋਲੀਆਂ ਜੀ ਸਾਡੀਆਂ 8 ਪੜੋਲੀਆਂ ਪੈ ਚੁੱਕੀਆਂ ਨੇ। ਸਾਡੀ ਸਥਿਤੀ ਆ 10 ਤਿਕੜ ਪਾਉਣ ਦੀ, ਵੀ ਅਸੀਂ 10 ਪੜੋਲੀਆਂ ਪਾ ਗਏ ਜੀ। ਫਿਰ ਉਸ ਤੋਂ ਬਾਅਦ ਸਾਡੇ ਕੈਮਰੇ ਛੱਡੇ ਹੋਏ ਨੇ ਵਿੱਚ, ਉਹਦੇ ਨੂੰ ਕੈਮਰਿਆਂ ਨੂੰ ਦੇਖਦੇ ਹੋਏ ਵੀ ਕਿੰਨਾ ਕੁ ਸਾਨੂੰ ਫਰਕ ਪੈਂਦਾ। ਜੇ ਸਾਨੂੰ ਘਾਟ ਰਹੀ ਤਾਂ ਅਸੀਂ 1 ਪੜੋਲੀ ਪਾਵਾਂਗੇ, ਨਹੀਂ ਅਸੀਂ 8ਵੀਂ ਪੜੋਲੀ ਪਾ ਕੇ ਆਪਦੀ ਕਾਰਵਾਈ ਸ਼ੁਰੂ ਕਰਾਂਗੇ। ਸੋ ਇਹ ਸਨ ਸਾਡੇ ਨਾਲ ਸਥਾਨਕ ਵਾਸੀ ਕੁਲਦੀਪ ਸਿੰਘ, ਜੋ ਪੂਰੇ ਮਾਮਲੇ 'ਤੇ ਇਸ ਨਾਲ ਨਾਲ ਜੋ ਸੰਸਥਾਵਾਂ ਨੇ ਉਹਨਾਂ ਦੀ ਜੋ ਮਦਦ ਕਰ ਰਹੇ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਥੋੜ੍ਹਾ ਸਮਾਂ ਬਾਕੀ ਰਹਿ ਚੁੱਕਾ ਹੈ ਤਾਂ ਜੋ ਬੱਚੇ ਨੂੰ ਜੋ ਸਰਚ ਆਪਰੇਸ਼ਨ ਹੈ, ਜੋ ਇੱਥੇ ਬੱਚੇ ਨੂੰ ਰੈਸਕਿਊ ਆਪਰੇਸ਼ਨ ਹੈ, ਉਸ ਨੂੰ ਪੂਰਾ ਕਰ ਲਿਆ ਜਾਵੇਗਾ। ਕੈਮਰਾ ਪਰਸਨ ਅਨਿਲ ਦੇ ਨਾਲ ਕ੍ਰਿਸ਼ਨ ਸਿੰਘ, ਸੁਨਾਮ।